ਤਾਂ ਦੱਸ ਦੇ ਕਿ ਡਿਊਟੀ ਦੌਰਾਨ 22 ਸਾਲਾਂ ਅਗਨੀਵੀਰ ਨੌਜਵਾਨ ਸ਼ਹੀਦ ਹੋ ਗਿਆ ਤੇ ਤਸਵੀਰਾਂ ਉਸਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦੇ ਕਿ ਕਰੀਬ 2 ਸਾਲ ਪਹਿਲਾਂ ਇਹ ਨੌਜਵਾਨ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ, ਜੰਮੂ ਦੇ ਵਿੱਚ ਤੈਨਾਤ ਸੀ। ਤਾਂ ਇਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸਦੀ ਮ੍ਰਿਤਕ ਦੇਹ ਨੂੰ ਫੌਜੀ ਜਵਾਨ ਇਸਦੇ ਜੱਦੀ ਪਿੰਡ ਲੈ ਕੇ ਪਹੁੰਚਦੇ ਨੇ, ਜਿੱਥੇ ਕਿ ਸੈਨਾ ਦੇ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਅਤੇ MLA ਲਾਭ ਸਿੰਘ ਉੱਗੋ ਕੇ ਵੀ ਮੌਕੇ ਤੇ ਮੌਜੂਦ ਰਹੇ ਤੇ ਇਸ ਨੂੰ ਤੇ ਅੰਤਿਮ ਸੰਸਕਾਰ ਮੌਕੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸਦੇ ਘਰ ਤੋਂ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ 22 ਸਾਲਾ ਨੌਜਵਾਨ ਸੀ ਜਿਹੜਾ ਕਿ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਸਿਹਰਾ ਬਣ ਕੇ ਪਰਿਵਾਰ ਦੇ ਵੱਲੋਂ ਇਸ ਨੂੰ ਵਿਦਾ ਕੀਤਾ ਗਿਆ। ਤਾਂ ਤਿਰੰਗਾ ਲਹਿਰਾ ਕੇ ਇਸ ਨੂੰ ਅੰਤਿਮ ਸਲਾਮੀ ਸੀ ਉਹ ਸੈਨਾ ਦੇ ਵੱਲੋਂ ਦਿੱਤੀ ਗਈ। ਤਾਂ ਬਰਨਾਲਾ ਦੇ ਪਿੰਡ ਮਹਿਤਾ ਦਾ ਰਹਿਣ ਵਾਲਾ ਸੀ ਇਹ ਸੁਖਵਿੰਦਰ ਸਿੰਘ, ਜਿਹੜਾ ਕਿ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਇਸਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸਾਡੇ ਹਲਕੇ ਦਾ ਮਾਨ ਸਾਡੇ ਪਿੰਡ ਮਹਿਤੇ ਤੋਂ ਵੀਰ ਸੁਖਵਿੰਦਰ ਸਿੰਘ, ਜਿਹੜੇ ਸ਼ਾਇਦ ਕੱਲ੍ਹ ਦੇਸ਼ ਦੀ ਜਿਹੜੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਆ, ਅੱਜ ਉਹਨਾਂ ਦੇ ਜਿਹੜਾ ਸਰੀਰ ਨੂੰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ। ਅਤੇ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਸਾਥੀ ਪਿੰਡ ਵਾਸੀ ਪਹੁੰਚੇ ਹੋਏ ਔਰ ਪਰਿਵਾਰ ਦੇ ਨਾਲ ਬੜੀ ਹਮਦਰਦੀ ਹੈ, ਕਿਉਂਕਿ 22 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਔਰ ਜਿਹੜਾ ਕੇਂਦਰ ਦੇ ਵੱਲੋਂ ਸਾਡੇ ਇਹ ਅਗਨੀਵੀਰ ਜਿਹੜੀ ਦੀ ਸ਼ੁਰੂ ਕਰੀ ਗਈ ਸੀ, ਉਸ ਭਰਤੀ ਦੇ ਵਿੱਚ ਮੁੰਡੇ ਨੂੰ 1.5-2 ਸਾਲ ਹੀ ਹੋਏ ਸੀ ਹਲੇ ਇਸ ਨੌਜਵਾਨ ਨੂੰ ਭਰਤੇ ਹੋਇਆਂ ਨੂੰ। ਸੋ ਪਰਿਵਾਰ 'ਤੇ ਬੜਾ ਦੁੱਖ ਦਾ ਜਿਹੜਾ ਪਹਾੜ ਉਹ ਟੁੱਟਿਆ। ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ਼ ਬਖਸ਼ਣ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦੋਂ ਵਾਹਿਗੁਰੂ ਬਖਸ਼। ਤਾਂ ਦੇਖੋ ਜੀ, ਮੈਂ ਹਲੇ ਪਹੁੰਚੇ ਹੀ ਹਾਂ, ਮੇਰੀ OSD ਸਾਹਿਬ ਨਾਲ, CM ਸਾਹਿਬ ਦੇ OSD ਸਾਹਿਬ ਨਾਲ ਮੈਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ। ਸੋ ਅੱਜ ਹੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਇਸ ਵਿਸ਼ੇ 'ਤੇ ਗੱਲ ਕਰਕੇ ਜੋ ਵੀ ਸਰਕਾਰ ਵੱਲੋਂ ਕੋਈ ਬਣਦੀ ਮਦਦ ਇਹਨਾਂ ਦੀ ਹੋਊਗੀ, ਜੋ ਪਹਿਲਾਂ ਜਿਵੇਂ ਜਿਸ ਤਰ੍ਹਾਂ ਕੀਤੀ ਜਾਂਦੀ ਹੈ, ਮੈਂ ਸੀਮ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਲਿਆ ਕੇ ਬਹੁਤ ਜਲਦ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਉਹ ਮਦਦ ਆ ਜਿਹੜੀ ਪਰਿਵਾਰ ਨੂੰ ਦਵਾਈ ਜਾ ਸਕੇ। ਹਾਂਜੀ, ਅਸੀਂ ਮਹਿਤਾ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਵੱਲੋਂ ਇੱਥੇ ਸਵੇਰ ਦੇ ਹਾਜ਼ਰ ਹੈਗੇ ਹਾਂ। ਜਦੋਂ ਪਤਾ ਲੱਗਾ ਸੀ ਇਸ ਅਣਸੁਖਾਵੀਂ ਘਟਨਾ ਦੇ ਬਾਰੇ, ਤਾਂ ਪਰਿਵਾਰ ਨਾਲ ਅਸੀਂ ਮਿਲੇ, ਉਹਨਾਂ ਨੂੰ ਆਪਾਂ ਭਰੋਸਾ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ ਅਤੇ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ। ਮੈਨੂੰ ਇੱਕ ਜਾਣਕਾਰੀ ਮਿਲੀ ਸੀਗੀ, ਪਿੰਡ ਮਹਿਤਾ
ਨੀਅਰ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਜੋ ਅਗਨੀਵੀਰ ਦੇ ਵਿੱਚ ਭਰਤੀ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ 22 ਸਾਲ ਦੀ ਉਮਰ ਹੈ। ਉਹਨਾਂ ਦੇ ਫਾਦਰ ਪਹਿਲਾਂ ਹੀ ਆਰਮੀ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਸੂਬੇਦਾਰ ਸਿੰਘ, ਅਤੇ ਉਹਨਾਂ ਦੇ ਘਰ ਕੋਈ ਇੱਦਾਂ ਦੀ ਮਤਲਬ ਜਾਣਕਾਰੀ ਆਈ ਸੀ ਜਿਹਦਾ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ। ਅਸੀਂ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ।